ਸ਼ੁਕਰ ਥੀਆ ਭੀੜ ਵਿੱਚੋਂ الحمد لله الذي جعلنا من الباقين وعلى مصائب بالحسين اے بچپن دکھیا سین میری دا ਬਚਪਨ ਦੁਖੀਆ ਸੈਣ ਮਰੀਦਾ ਤੇ ਸਾਡਾ ਕਰਮ ਨਜ਼ੂਰ ਸਲਾਮੇ ਮੈਂ ਸਮਝਾ ਨਾ ਸਕਿਆ ਜਲਦੀ ਦੀ ਵਜ੍ਹਾ ਰੱਬ ਤੈਨੂੰ ਸ਼ਾਮ ਲੈ ਜਾਵੇ ਤੇਰ ਬਈ ਆ ਜਾਓ ਆ ਜਾਓ ਆ ਜਾਓ ਆਓ ਆਓ ਉੱਠੋ ਆਓ ਆਓ ਕੋਈ ਰੱਜੋ ਆਓ ਬਹੁਤ ਬੜੇ ਅਜ਼ੀਮ ਘਰਾਨੇ ਦੇ ਫਰਦ ਬਹੁਤ ਅੱਛੇ ਜ਼ਾਕਰ ਬਹੁਤ ਅੱਛੇ ਇਨਸਾਨ ਮਜਬੂਰੀ ਦੀ ਵਜ੍ਹਾ ਤੋਂ ਕਰਕੇ ਮੈਂ ਖੜ੍ਹਾ ਹੋ ਗਿਆ ਪਰ ਲੰਬੀ ਮਜਲਿਸ ਮਕਸੂਦ ਨਹੀਂ ਬਸ ਹਾਜ਼ਰੀ ਜ਼ਰੂਰੀ ਹੈ ਇਹ ਬਚਪਨ ਦੁਖੀਆ ਰੱਬ ਤੈਨੂੰ ਸ਼ਾਮ ਲੈ ਜਾ ਸਹਿ ਕਵੀ ਜੀ ਜਿਹੜਾ ਵੈਣ ਪੜ੍ਹਦਾ ਪਿਆ ਜ਼ਾਇਰੀਨ ਦੇ ਨਾਲ ਮੁਰਸ ਮੈਂ ਸ਼ਾਮ ਬੀਬੀ ਮਾਸੂਮਾਂ ਦੇ ਬਾਰੂ ਖਲੋ ਕੇ ਪੜ੍ਹੇ ਉਹ ਤਿੰਨ ਸੁਣਾਉਂ ਜ਼ਵਾਰਣ ਰਲ ਮਿਲ ਕੇ ਆਖਿਆ ਐ ਬਚਪਨ ਦੁਖੀਆ ਸਹਿਣ ਮੇਰੀ ਦਾ ਤੇ ਸਾਡਾ ਕਰਮ ਨਜ਼ੂਰ ਸਲਾਮੇ ਬੀਬੀ ਅਸੀਂ ਪਾਕਿਸਤਾਨ ਚੋਂ ਤੁਰ ਆਏ ਹਾਂ ਤੇਰੇ ਸ਼ਹਿਰ ਚ ਕਰਨ ਕਿਆ ਆਪਣੇ ਆਪ ਨੂੰ ਚਮਨ ਆਵਾਸ ਮਹਿਸੂਸ ਨਾ ਕਰੋ ਜ਼ਰਾ ਸਾਰੇ ਆਪਣੇ ਆਪ ਨੂੰ ਸ਼ਾਮ ਮਹਿਸੂਸ ਕਰੋ ਤੇ ਫਿਰ ਮੈਂ ਵੈਣ ਕਰਦਾ ਐ ਬਚਪਨ ਦੁਖੀਆ ਸਹਿਣ ਮੇਰੀ ਦਾ ਤੇ ਸਾਡਾ ਕਰਮ ਨਜ਼ੂਰ ਸਲਾਮੇ ਮਾਲਕਾ ਅਸੀਂ ਪਾਕਿਸਤਾਨ ਚੋਂ ਤੁਰ ਆਏ ਹਾਂ ਤੇਰੇ ਸ਼ਹਿਰ ਚ ਕਰਨ ਕਿਆਮੇ ਤੇਰੀ ਜ਼ਵਾਰੀ ਚੇਲਮ ਦੀ ਮੰਗਣ ਵਾਸਤੇ ਮੈਂ ਸ਼ੁਰੂ ਕਰ ਖਲੋਤਾ ਪਰ ਬਾਵੇ ਉਹਨਾਂ ਦੇ ਮਸਾਇਬ ਦੇ ਨਾਲ ਰੱਬ ਚ ਜੋੜਾਂ ਬੀਬੀ 1400 ਸਾਲ ਬਾਅਦ ਧੀਆਂ ਭੈਣਾਂ ਨਾਲ ਲੈ ਕੇ ਨਾ ਪੁੱਤਰ ਮੰਗਣ ਆਇਆ ਨਾ ਟੁੱਕਰ ਮੰਗਣ ਆਇਆ ਤੇਰੀ ਕਬਰ ਤੇ ਇੱਕੋ ਗੱਲ ਪੁੱਛਣ ਆਇਆ ਕਿ ਹਾਲ ਹੀ ਕੰਨ ਦਿਆਂ ਜ਼ਖਮਾਂ ਦਾ ਸਮਝ ਨਹੀਂ ਆਈ ਜੋ ਮੈਂ ਕਿਹਾ ਨਹੀਂ ਕਨ ਦਿਆਂ ਜ਼ਖਮਾਂ ਦਾ ਸਾਨੂੰ ਦੱਸ ਚਾਬਿਲ ਤੇ ਮਾਮੇ ਦੱਸ ਕਿਸ ਕਿਸ ਮੋੜ ਚ ਕਤਲ ਹੋਈਏ ਬੰਦੇ ਹੱਥ ਨਾ ਪੋਚਾ ਦੱਸ ਕਿਸ ਕਿਸ ਮੋੜ ਚ ਕਤਲ ਹੋਈਏ ਖੁਦ ਦੱਸ ਉਹ ਸੈਣ ਮਕਾਮ ਇਹ ਹਾਈ ਸਵਾਲ ਫਿਰ ਪੜਾ ਬੀਬੀ ਪੁੱਤਰ ਨਹੀਂ ਚਾਹੀਦਾ ਬੋਲਾ ਸ਼ਿਫਾ ਦੇਵੇ ਬੱਚੇ ਬੀਬੀ ਪੁੱਤਰ ਨਹੀਂ ਚਾਹੀਦਾ
ਟੁੱਕਰ ਵੀ ਨਹੀਂ ਮੰਗਣ ਆਏ, ਧੀਆਂ ਭੈਣਾਂ ਨਾ ਰਲਾ ਕੇ ਸ਼ਾਮ ਪੁੱਛਣ ਆਇਆ ਕਿ ਹਾਲ ਈ ਕੰਨ ਕੰਨ ਦਿਆਂ ਜ਼ਖਮਾਂ ਦਾ ਸਾਨੂੰ ਦੱਸ ਚਾ ਵੇਲੇ ਨਾ ਪਹੁੰਚਾ, ਗਰਮੀ ਬੜੀ ਹੈ ਨਾਲ ਵਾਲੇ ਬੰਦੇ ਨਾ ਜਿਤਨੀ ਵਾਰੀ ਜਿਤਨੀ ਵਾਰੀ ਆਖੋ ਮੇਰੀ ਇਬਾਦਤ ਵੱਧ ਫੜਾ ਵੱਧ ਫੜਾ, ਗਰਮੀ ਡਾਢੀ ਏ ਤੇ ਮੇਰੇ ਬਾਅਦ ਮਜਲਸ ਜਾਰੀ ਰਾਣੀ ਏ, ਚਲੋ ਆਦੇ ਪਏ ਕੁਰਬਾਨ ਹੋ ਜਾਵਾਂ ਅਦੀ ਲਬਾ ਜ਼ਵਾਰ ਜੋ ਏ ਉੱਠ ਕੇ ਪਿਆ ਤੇ ਭਾਈ ਜਾਨ ਇੱਕ ਜੁਮਲਾ ਇਹਨਾਂ ਮੋਮਨਾਂ ਤੇ ਪਹੁੰਚਾਓ ਚਾ, ਕੰਨ ਦੇ ਜ਼ਖਮ ਤੇ ਗਿਣੇ ਨੀ ਜੋ ਦੁਰ ਲੈ ਗਿਆ ਨ ਤੇ ਗੱਲ ਦੀ ਰੱਸੀ ਹੁਣ ਤਾਈਂ ਦਿਸ ਲੱਥੀ, ਗਰਦਨ ਏਡੀ ਜ਼ਖਮੀ ਆਈ ਸਜਾਦ ਗਵਾ ਦੀ ਆਈ ਮੇਰੀਆਂ ਰੱਸੀਆਂ ਨਾਲ ਰੱਬ ਕਰੇ ਮੈਂ ਸਮਝਾ ਲਵਾਂ, ਰੱਬ ਕਰੇ ਮੈਂ ਸਮਝਾ ਲਵਾਂ, ਮੈਂ ਕਰਦਾ ਵੈਂ ਜਿਤਨੀ ਵਾਰੀ ਆਖੋ ਮੇਰੀ ਇਬਾਦਤ ਏ, ਬੀਬੀ ਧੀਆਂ ਭੈਣਾਂ ਨਾਲ ਲੈ ਕੇ ਤੁਹਾਡੀ ਸ਼ਾਮ ਦੇ ਵਿੱਚ ਪੁੱਛਣ ਆਇਆ ਕਿ ਹਾਲ ਈ ਗੱਲ ਦਿਆਂ ਜ਼ਖਮਾਂ ਦਾ ਹੋ ਸਾਨੂੰ ਦੱਸ ਚਾ ਬੀਬੀ ਦਾ ਜਵਾਬ ਪੜ੍ਹਦਾ ਔਰ ਜਵਾਬ ਤੂੰ ਅੱਗਾ ਅਕਸੋ ਤੇ ਪੜ੍ਹਸਾਂ, ਇਹੋ ਪੜ੍ਹਾਂ ਇਹੋ ਪੜ੍ਹਾਂ ਲੱਖ ਲੱਖ ਵਾਰੀ ਆਖਾਂ ਵਾ ਸਾਰੇ ਮਾਤਮੀ ਸਦਾ ਬੁਲੰਦ ਕਰੋ, ਮੈਂ ਤਾਂ ਪੜ੍ਹਦਾ ਰਵਾਂ ਰੋ ਰੋ ਕੇ ਆਦੇ ਪੈਰਾ ਅਜ਼ਾਦਾਰ ਕੇ ਹਾਲ ਈ ਕੰਨ ਦਿਆਂ ਜ਼ਖਮਾਂ ਅੱਲਾਮਾਨ ਕੁਰਲਾ ਕੇ ਰੋਣ ਵਾਲੇ ਅਜ਼ਾਦਾਰ, ਅੱਲਾਮਾਨ ਕੁਰਲਾ ਕੇ ਰੋਣ ਵਾਲੇ ਅਜ਼ਾਦਾਰ, ਬੱਪੂ ਜੀ ਰੱਬ ਕਰੇ ਮੈਂ ਬੀਬੀ ਦਾ ਜਵਾਬ ਪੜ੍ਹ ਲਵਾਂ, ਬੀਬੀ ਦਾ ਜਵਾਬ ਪੜ੍ਹ ਲਵਾਂ, ਸ਼ਬੀਰ ਦੀ ਧੀ ਦਾ ਜਵਾਬ ਪੜ੍ਹ ਲਵਾਂ, ਤੇ ਤੁਸੀਂ ਮਾਤਮੀ ਆਪਣੇ ਆਪ ਨੂੰ ਸ਼ਾਮ ਹਾਜ਼ਰ ਰੱਖੋ, ਕਰੀਮੇ ਕਰਬਲਾ ਪੂਰੇ ਵੇੜੇ ਨਾਲ ਪੁਰਸਾ ਝੱਲਣ ਆਓ, ਤੇਰੀ ਧੀ ਨੂੰ ਰੋਣਾ ਚਾਹੁੰਦੇ ਆ ਔਰ ਰੋਣ ਵਾਲੇ ਲੋਕ ਕਬਰ ਚੋਂ ਵਹਿਣ ਆਇਆ ਮੇਰੇ ਪਿਓ ਦਾ ਪੁਰਸਾ ਦਾਰ ਆਇਆ ਔਰ ਰਵੀ ਕਾਇਮ ਬਖਾਤਿਕਬਾ ਦੁਆ ਪਈ ਦਿੰਦੀ ਏ ਤੈਨੂੰ ਤੈਨੂੰ ਇਵਜ ਸਲਾਮ ਦੇ ਦੱਸਦੀ ਆਵੋ ਸੀਦਾ ਹਾਲ ਇੱਕ ਵਾਰੀ ਉਸ ਬੰਦੇ ਦੇ ਹੱਥ ਨੂੰ ਮਾਤਮ ਦੀ ਦਾਵਤ ਜਿਹਦਾ ਹੱਥ ਬਣਿਆ ਮਾਤਮ ਵਾਸਤੇ ਸ਼ਬੀਰ ਦੀ ਧੀ ਦਾ ਵਹਿਣ ਆਇਆ ਆਦੀਏ ਮਾਤਮੀਆਂ ਨੂੰ ਵੱਲ ਕੇ ਦੱਸੇ ਮੇਰੀ ਕੰਢ ਤੇ ਨੀਲ ਚਾਬਕਾਂ ਦੇ ਹੋਬਿਆ ਪੈਰਾਂ ਲੱਖ ਲੱਖ ਵਾਰੀ ਲੱਖ ਲੱਖ ਵਾਰੀ ਅੱਖ ਵੱਧ ਪੜਾ ਚਾ ਵੱਧ ਪੜਾ ਚਾ, ਗੱਲ ਬੜੀ ਔਖੀ ਨੇ ਆਦਿਓ ਤੇ ਮੈਂ ਪੜਦਾ ਚਾ, ਰੋ ਰੋ ਕੇ ਮਖਦੂਮਾ ਫਰਮਾਰਨ ਮਲਕ ਸਾ ਰੋ ਰੋ ਕੇ ਫਰਮਾਰਨ ਮੇਰੀ ਕੰਡ ਨੀਲਨ ਚਾਬਕਾਂ ਦੇ, ਚਲੋ ਜਿਹੜਾ ਵੈਣ ਮੈਂ ਜ਼ਿੰਦਗੀ ਇਹ ਸ਼ਾਇਦ ਮਿੰਬਰ ਤੋਂ ਪਹਿਲੀ ਵਾਰੀ ਪਿਆ ਪੜਦਾ, ਤੁਹਾਡੀ ਮੌਜੂਦਗੀ ਦਾ ਫਾਇਦਾ ਉਠਾ ਕੇ ਹਰ ਅਜ਼ਾਦਾਰ ਦੇ ਜ਼ਿੰਦਗੀ ਇਹ ਪਹਿਲੀ ਵਾਰੀ ਪਿਆ ਪੜਦਾ, ਬੀਬੀ ਆਦੀ ਪੁੱਛੇ ਕਿੱਥੇ ਕਿੱਥੇ ਕਤਲ ਹੋਈਆਂ ਤੇ ਮੈਂ ਤੈਨੂੰ ਦੱਸਣੀ ਆ
ਇਸ ਖੂਨੀ ਸ਼ਹਿਰ ਦਮਿਸ਼ਕ ਦੇ ਵਿੱਚ ਹੋ ਮੇਰੀ ਹਰ ਜਾ ਮਕਤਲ ਗਾਏ ਜਿਹਦਾ ਹੱਥ ਬਣਿਆ ਮਾਤਮ ਕਾਣੇ ਬੀਬੀ ਆਦੀਏ ਹਰ ਮੋੜ ਤੇ ਮਾਰ ਕੇ ਹੋ ਲੋਕੀ ਸੱਟ ਗਏ ਹਨ ਰਹੀ ਚੈਂਦੀ ਦੇ ਕੋਈ ਨਹੀਂ ਉਹ ਬੰਦਾ ਸ਼ੀਆ ਜਿਹਦੇ ਕੋਲ ਹੱਥ ਹੈ ਤੇ ਉਹਦਾ ਮਾਤਮ ਵਾਸਤੇ ਨਾ ਆਵੇ ਰੋ ਰੋ ਕੇ ਆਦੀਏ ਮੇਰੇ ਸਿਰ ਤੇ ਜ਼ਖਮ ਲੰਡੇ ਜ਼ਿਆਦੇ ਹੋਰੇ ਰੁਕ ਰੁਕ ਪੜ੍ਹਦਾ ਚੌਥੀ ਸਦਾ ਬਿਲਕੁਲ ਰੁਕ ਕੇ ਪੜ੍ਹਦਾ ਜਿਤਨੀ ਵਾਰੀ ਆਖੋ ਮੇਰੀ ਨੌਕਰੀ ਅੱਛਾ ਜਿਵੇਂ ਲਿਖਿਆ ਡੋਗਰ ਉਵੇਂ ਪੜ੍ਹਾਂ ਚਾ ਮੈਂ ਤੁਹਾਥੋਂ ਡਰਦਾ ਪਿਆ ਜਿਵੇਂ ਡੋਗਰ ਲਿਖਿਆ ਉਹਨੇ ਪੜ੍ਹਾਂ ਚਾ ਮੈਨੂੰ ਦੱਸੋ ਅਰਸ਼ਦ ਸ਼ਾਹ ਦੀ ਸਦਾ ਦੱਸੇ ਜਿਵੇਂ ਡੋਗਰ ਲਿਖਿਆ ਉਹਨੇ ਪੜ੍ਹਾਂ ਚਾ ਹੈ ਇਜਾਜ਼ਤ ਪੜ੍ਹਾਂ ਚਾ ਤਾਜ਼ੀਏ ਤੇ ਰੱਖਾਂ ਸ਼ੱਕ ਨਾ ਕਰੀ ਇੱਕੋ ਵਾਰੀ ਮੈਂ ਪੜ੍ਹਨਾ ਦੂਜੀ ਵਾਰੀ ਮੈਂ ਕੋਈ ਨਹੀਂ ਪੜ੍ਹਨਾ ਤੇ ਤੁਸੀਂ ਸੁਣਨਾ ਵੀ ਕੋਈ ਨਹੀਂ ਬੀਬੀ ਫਰਮਾਇਆ ਮੇਰੀ ਕੰਡ ਤੇ ਭੀੜ ਚ ਕਦਮ ਆਏ ਮਾਤਮ ਕਰੋ ਮੈਂ ਤਾਂ ਪੜਦਾ ਰਵਾ ਰੋ ਰੋ ਕੇ ਆਦੀਏ ਮੇਰੀ ਕੰਡ ਤੇ ਭੀੜ ਚ ਕਦਮ ਆਏ ਹੋ ਰਹੇ ਰੁਕ ਰੁਕ ਵੇ ਦੇ ਸਾਏ ਅਗਰ ਸਾਰੇ ਮਾਤਮ ਜ਼ਿੰਦਾ ਨਾ ਕਣ ਕਰੋ ਤੇ ਵੱਧ ਮਾਤਮੀ ਅਗਲਾ ਵੈਣ ਕਰਦਾ ਜ਼ਿੰਦਾਨ ਦੇ ਵਿੱਚ ਇਹੋ ਗੱਲਾਂ ਪਈਆਂ ਹੋਣਗੀਆਂ ਜਦੋਂ ਪਿਓ ਨੂੰ ਪਈ ਮਿਲਦੀ ਆਈ ਆ ਹਾਲੀਆ ਬੀਬੀ ਆਦੀਏ ਸਾਰੇ ਜਿਹੜਾ ਪ੍ਰਭਾਵ ਕਰਦਾ ਜ਼ਿੰਦਾਨ ਦੇ ਉੱਤੇ ਆਇਆ ਆ ਹਾਲੀਆ ਆਦੀਏ ਵੇ ਅਕਬਰ ਅਸਾਂ ਸਦਿਆ ਤੇ ਕੋਈ ਨਹੀਂ ਆ ਤੂੰ ਕਿਉਂ ਆਇਆ ਆ ਅਕਬਰ ਜ਼ਿੰਦਾਨ ਚ ਲੱਥਾ ਹੈ ਤੇ ਰੋ ਰੋ ਕੇ ਆਦੇ ਆਇਆ ਮਾਫੀ ਮੰਗਾ ਤਸ਼ਰੀਫ ਰੱਖੋ ਸਾਰੇ ਹਜ਼ਰਾਤ ਨੂੰ ਗੁਜ਼ਾਰਿਸ਼ ਹੈ ਨਿਆਜ਼ੇ ਮੌਲਾ ਤਸ਼ਰੀਫ ਰੱਖੋ ਮਾਰ ਗੁਲਾਮ ਅਬਾਸ ਜੱਫਰ ਸਾਹਿਬ ਮਸੀਹ ਆਲੇ ਮੁਹੰਮਦ ਬਿਆਨ ਫਰਮਾ ਰਹੇ ਹਨ।